टू बैक कमेंट्स आ रहे ने, कॉल्स आ रही ने टीयर टू वीजा नू लैके, तां एक वारी आपां ऑडियंस नू अपने व्यूअर्स नू डिटेल च ब्रीफली मतलब के थोड़ा जिहा टीयर टू वीजा बारे दस्सो। यूके दा टीयर टू वीजा है, यह स्पॉन्सर बेस्ड वीजा है। ਇਹਦੇ ਵਿੱਚ 5 ਸਾਲ ਦਾ ਮਤਲਬ ਵੀਜ਼ਾ ਮਿਲਦਾ ਜਿਹਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਟ੍ਰਾਇਲਸ ਕੀਤੀ ਆ ਉਹਨੇ ਜਾਂ ਨਹੀਂ ਕੀਤੀ ਉਹ ਵੀ ਅਪਲਾਈ ਕਰ ਸਕਦਾ ਔਰ ਮੋਸਟਲੀ ਇਹਦੇ ਵਿੱਚ ਹਰ ਤਰ੍ਹਾਂ ਦਾ ਪ੍ਰੋਫਾਈਲ ਫਿੱਟ ਹੋ ਜਾਂਦਾ। ਸਰ ਇਹ ਵੀਜ਼ਾ ਕਿਹੜੇ ਕੈਂਡੀਡੇਟਸ ਲਈ ਹੈ? ਔਨਸ਼ੋਰ ਕੈਂਡੀਡੇਟਸ ਵੀ, ਆਫਸ਼ੋਰ ਕੈਂਡੀਡੇਟਸ ਵੀ, ਸਾਰੇ ਕੈਂਡੀਡੇਟਸ ਲਈ ਹੈ? ਹਾਂਜੀ, ਅਮਰੇ ਟੀਅਰ 2 ਵੀਜ਼ਾ ਜਿਹੜਾ ਇਹ ਹਰ ਕੈਂਡੀਡੇਟ ਲਈ ਹੈ, ਮਤਲਬ ਚਾਹੇ ਉੱਥੇ ਇਹਦੇ ਬੈਠੇ ਸਟੂਡੈਂਟ ਜੋ ਆਪਣੀ ਐਜੂਕੇਸ਼ਨ ਕੰਪਲੀਟ ਕਰ ਚੁੱਕੇ ਆ ਉਹ ਵੀ ਅਪਲਾਈ ਕਰ ਸਕਦੇ ਆ। ਇੱਥੇ ਦੇ ਜੋ ਸਟੂਡੈਂਟ ਹੈ ਆਪਣੀ ਸਟੱਡੀ ਪਲੱਸ 2 ਕਰ ਚੁੱਕੇ ਆ ਜਾਂ ਗ੍ਰੈਜੂਏਸ਼ਨ ਕਰ ਚੁੱਕੇ ਆ। ਸਰ ਟੀਅਰ 2 ਸਪੌਂਸਰਸ਼ਿਪ ਲੈ ਕੇ ਜਿਹੜਾ ਐਪਲੀਕੈਂਟ ਯੂਕੇ ਜਾਊਗਾ, ਕੀ ਇਹ ਉੱਥੇ ਸਿਰਫ ਪਹੁੰਚਣ ਤੱਕ ਦੀ ਸਪੌਂਸਰਸ਼ਿਪ ਤਾਂ ਨਹੀਂ, ਕੰਮ ਮਿਲੂਗਾ? ਕੰਮ ਮਿਲਣ ਦੀ ਗਰੰਟੀ ਹੈਗੀ ਹੈ? ਜੇਕਰ ਕੰਮ ਮਿਲੂਗਾ ਤਾਂ ਵੇਜਿਸ ਰੇਟ ਕੀ ਰਹੂਗਾ? ਡਿਪੈਂਡ ਕਰਦਾ ਕਿ ਤੁਹਾਨੂੰ ਤੁਹਾਡੀ ਕੈਪੇਬਿਲਿਟੀ ਕੀ ਹੈ। ਤੁਸੀਂ ਟੈਕਨੀਕਲ ਪਰਸਨ ਹੋ, ਤੁਸੀਂ ਇਲੈਕਟ੍ਰੀਸ਼ਨ ਹੋ, ਤੁਸੀਂ ਪਲੰਬਰ ਹੋ, ਤੁਸੀਂ ਵੈਲਡਰ ਹੋ, ਜਾਂ ਤੁਸੀਂ ਜਿਸ ਤਰ੍ਹਾਂ ਦੀ ਉਹਦੀ ਕੰਪਨੀ ਹੈ ਤੁਸੀਂ ਉਹਦੀ ਕੰਪਨੀ ਦੇ ਵਿੱਚ ਕੋਈ ਟੈਕਨੀਕਲ ਫੀਲਡ ਦੇ ਵਿੱਚ ਫਿੱਟ ਹੋ ਸਕਦੇ ਹੋ। ਉਹਦੀ ਜਿਹੜੀ ਸੈਲਰੀ ਹੈ ਉਹ ਸੈਲਰੀ ਤਕਰੀਬਨ 18-20 ਪਾਊਂਡ ਤੱਕ ਪਰ ਆਰ ਤੱਕ ਵੀ ਜਾਂਦੀ ਹੈ। ਸਰ ਅੱਜ ਦੀ ਡਿਸਕਸ਼ਨ ਦਾ ਜਿਹੜਾ ਸਾਡਾ ਟੌਪਿਕ ਹੈ ਯੂਕੇ ਟੀਅਰ 2 ਵੀਜ਼ਾ। ਹਾਂਜੀ, ਇਸ ਟੌਪਿਕ ਤੇ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ, ਪਹਿਲਾਂ ਅਸੀਂ ਮਤਲਬ ਕਿ ਬਹੁਤ ਸਾਰੇ ਸੈਸ਼ਨਸ ਕਰ ਚੁੱਕੇ ਹਾਂ ਜੀ। ਇਨਫੈਕਟ ਜਿਹੜਾ ਆਪਣਾ ਲਾਈਵ ਸੈਸ਼ਨ ਹੋਇਆ ਸੀ ਉਹਦੇ ਚ ਵੀ ਸਾਡੀ ਆਡੀਅנס ਨੇ ਟੀਅਰ 2 ਵੀਜ਼ੇ ਦੀ ਬਹੁਤ ਗੱਲ ਕੀਤੀ, ਕੁਐਸਚਨ ਕੀਤੇ। ਅਸੀਂ ਜਿੰਨਾ ਕੁ ਹੋ ਸਕਿਆ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਹੈ ਨਾ? ਬਿਲਕੁਲ। ਕੁਝ ਕੁ ਚੀਜ਼ਾਂ ਫੇਰ ਵੀ ਰਹਿ ਗਈਆਂ ਸੀ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ, ਓਵਰਆਲ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਜੀ। ਤੇ ਬੈਕ ਟੂ ਬੈਕ ਕਮੈਂਟਸ ਆ ਰਹੇ ਨੇ, ਕਾਲਸ ਆ ਰਹੀਆਂ ਨੇ ਟੀਅਰ 2 ਵੀਜ਼ਾ ਨੂੰ ਲੈ ਕੇ, ਤਾਂ ਇੱਕ ਵਾਰੀ ਆਪਾਂ ਆਡੀਅנס ਨੂੰ ਆਪਣੇ ਵਿਊਅਰਸ ਨੂੰ ਡਿਟੇਲ ਚ ਬਰੀਫਲੀ ਮਤਲਬ ਕਿ ਥੋੜਾ ਜਿਹਾ ਟੀਅਰ 2 ਵੀਜ਼ਾ ਬਾਰੇ ਦੱਸੀਏ। ਹਾਂ ਬਿਲਕੁਲ, ਕਿਉਂ ਨਹੀਂ। ਹਾਂ ਬਿਲਕੁਲ, ਮੇਨਲੀ ਜਿਹੜਾ ਯੂਕੇ ਦਾ ਟੀਅਰ 2 ਵੀਜ਼ਾ ਹੈ ਇਹ ਸਪਾਂਸਰ ਬੇਸਡ ਵੀਜ਼ਾ ਹੈ। ਇਹਦੇ ਵਿੱਚ 5 ਸਾਲ ਦਾ ਮਤਲਬ ਵੀਜ਼ਾ ਮਿਲਦਾ ਜਿਹਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਹਾਂਜੀ, ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਇਹਦੇ ਵਿੱਚ ਪਲੱਸ 2 ਸਟੂਡੈਂਟ ਜਿਹਨੇ ਪਲੱਸ 2 ਕਰੀ ਹੈ, ਚਾਹੇ ਉਹ ਮੈਰਿਡ ਹੈ ਚਾਹੇ ਸਿੰਗਲ ਹੈ, ਹਾਂਜੀ ਠੀਕ ਹੈ ਜੀ, ਜਾਂ ਉਹਦੇ ਉਹ ਟ੍ਰਾਇਲਸ ਕੀਤੀ ਹੈ ਉਹਨੇ ਜਾਂ ਨਹੀਂ ਕੀਤੀ, ਉਹ ਵੀ ਅਪਲਾਈ ਕਰ ਸਕਦਾ। ਔਰ ਮੋਸਟਲੀ ਇਹਦੇ ਵਿੱਚ ਹਰ ਤਰ੍ਹਾਂ ਦਾ ਪ੍ਰੋਫਾਈਲ ਫਿੱਟ ਹੋ ਜਾਂਦਾ। ਕਾਫੀ ਅੱਛਾ ਮਤਲਬ ਰਿਸਪੌਂਸ ਮਿਲ ਦੇਖਣ ਨੂੰ ਮਿਲ ਰਿਹਾ, ਕਾਫੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਲੋਕ ਨਹੀਂ ਕਰ ਰਹੇ ਬੇਸਿਕਲੀ, ਇਹ ਨਾ ਇਹਦੇ ਨਾਮ 'ਤੇ ਵੀ ਠੱਗੀ ਹੋਣੀ ਸ਼ੁਰੂ ਹੋ ਗਈ ਹੈ। ਹਾਂਜੀ, ਤਾਂ ਇਸ ਕਰਕੇ ਮੈਂ ਆਡੀਅנס ਨੂੰ ਕਹੂੰਗਾ ਕਿ ਜਿਸ ਕੋਲੋਂ ਵੀ ਤੁਸੀਂ ਇਹ ਵੀਜ਼ਾ ਅਪਲਾਈ ਕਰਵਾਉਣਾ ਤਾਂ ਉਹ ਬਿਲਕੁਲ ਪਹਿਲਾਂ ਪਰਖ ਕੇ ਦੇਖ ਕੇ ਫਿਰ ਤੁਸੀਂ ਉਹਨਾਂ ਕੋਲ ਆਪਣੀ ਫਾਈਲ ਅਪਲਾਈ ਕਰਿਓ। ਸਰ ਇਹ ਵੀਜ਼ਾ ਕਿਹੜੇ ਕੈਂਡੀਡੇਟਸ ਲਈ ਹੈ? ਔਨਸ਼ੋਰ ਕੈਂਡੀਡੇਟਸ ਵੀ, ਆਫਸ਼ੋਰ ਕੈਂਡੀਡੇਟਸ ਵੀ, ਸਾਰੇ ਕੈਂਡੀਡੇਟਸ ਲਈ ਹੈ? ਹਾਂਜੀ ਅਮਰੇ, ਟੀਅਰ 2 ਵੀਜ਼ਾ ਜਿਹੜਾ ਇਹ ਹਰ ਕੈਂਡੀਡੇਟ ਲਈ ਹੈ, ਮਤਲਬ ਚਾਹੇ ਉੱਥੇ ਇਹਦੇ ਬੈਠੇ ਸਟੂਡੈਂਟ ਜੋ ਆਪਣੀ ਐਜੂਕੇਸ਼ਨ ਕੰਪਲੀਟ ਕਰ ਚੁੱਕੇ ਆ ਉਹ ਵੀ ਅਪਲਾਈ ਕਰ ਸਕਦੇ ਆ। ਇੱਥੇ ਦੇ ਜੋ ਸਟੂਡੈਂਟ ਹੈ ਆਪਣੀ ਸਟੱਡੀ ਪਲੱਸ 2 ਕਰ ਚੁੱਕੇ ਆ ਜਾਂ ਗ੍ਰੈਜੂਏਸ਼ਨ ਕਰ ਚੁੱਕੇ ਆ, ਸਰ ਉਹਨਾਂ ਦੀ ਐਲੀਜੀਬਿਲਿਟੀ ਸੇਮ ਰਹੇਗੀ ਔਨਸ਼ੋਰ ਤੇ ਆਫਸ਼ੋਰ ਕੈਂਡੀਡੇਟਸ? ਹਾਂਜੀ 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 ਬਿਲਕੁਲ, ਜੋ ਕੁਆਲੀਫਿਕੇਸ਼ਨ ਐਲੀਜੀਬਿਲਿਟੀ ਹੈ ਉਹ ਸੇਮ ਹੈ, ਦੋਨਾਂ ਦੀ ਸੇਮ ਹੈ। ਕੁਆਲੀਫਿਕੇਸ਼ਨ ਦੋਨਾਂ ਦੀ, ਜਿੱਦਾਂ ਮੈਂ ਗੱਲ ਕਰਾਂ ਪਹਿਲਾਂ ਪਲੱਸ 2 ਦੀ, ਪਲੱਸ 2 ਸਟੂਡੈਂਟ ਇੱਥੇ ਹੈਗਾ ਉਹਨੇ ਪਲੱਸ 2 ਸਟੂਡੈਂਟ ਨੇ ਆਪਣੀ ਸਟੱਡੀ ਕੰਪਲੀਟ ਕਰ ਲਈ ਹੈ, ਚਾਹੇ 2-4 ਸਾਲ 5 ਸਾਲ 10 ਸਾਲ 15 ਸਾਲ, ਉਹ ਮੈਰਿਡ ਹੈ, ਈਵਨ ਕਿ ਬੇਬੀ ਹੈ, 1 ਹੈ 2 ਹੈ, ਸਾਰੇ ਇਕੱਠੇ ਜਾਣਗੇ ਜੋ ਜਿਹੜਾ ਇੱਥੇ ਹੈ ਨਾ, ਅਤੇ ਉਹਨਾਂ ਦਾ ਫਾਈਲ ਵੀ ਇਕੱਠਿਆਂ ਦੀ ਅਪਲਾਈ ਹੋਊਗੀ। ਇਸ ਦੇ ਵਿੱਚ ਕੋਸ ਆਉਂਦਾ COS, ਜਿੱਦਾਂ ਸਟੂਡੈਂਟ ਵੀਜ਼ੇ ਵਾਸਤੇ CAS ਕਾਸ ਆਉਂਦਾ, ਤਾਂ ਇਹਦੇ ਵਿੱਚ ਕੋਸ ਆਉਂਦਾ। ਕੋਸ ਜਿਹੜਾ ਹੈਗਾ ਜ਼ਿਆਦਾਤਰ ਜਿਹੜੇ ਮਤਲਬ ਜਿਹਨਾਂ ਦੇ ਡਾਇਰੈਕਟ ਟਾਈਪਸ ਨਹੀਂ ਹੈਗੇ, ਕੋਈ ਕਹਿੰਦਾ ਮਹੀਨੇ ਬਾਅਦ ਆਉਂਦਾ, ਕੋਈ ਕਹਿੰਦਾ 1.5 ਮਹੀਨੇ ਬਾਅਦ ਆਉਂਦਾ, ਕੋਈ ਕੋਈ 2-2 ਮਹੀਨੇ, ਬਟ ਸਾਨੂੰ ਵਿਦ ਇਨ ਅ ਵੀਕ ਮਿਲ ਜਾਂਦਾ, ਕਈ ਵਾਰੀ ਤਾਂ ਦੂਸਰੇ ਜਾਂ ਤੀਸਰੇ ਦਿਨ ਵੀ ਮਿਲ ਜਾਂਦਾ, ਤਾਂ ਉਹ ਅਪਲਾਈ ਕਰ ਸਕਦੇ ਆ। ਫਿਰ ਜੇ ਗ੍ਰੈਜੂਏਸ਼ਨ ਬੰਦੇ ਦੀ ਗੱਲ ਕਰਾਂ ਤਾਂ ਗ੍ਰੈਜੂਏਸ਼ਨ 4 ਸਾਲ ਇੰਗਲਿਸ਼ ਮੀਡੀਅਮ 'ਚ ਹੋਣੀ ਚਾਹੀਦੀ ਹੈ,
ਤਾਂ ਉਹ ਅਪਲਾਈ ਕਰ ਸਕਦੇ ਆ ਵਿਦਆਊਟ ਆਇਲਸ ਹੈ ਉੱਥੇ ਜਿਨ੍ਹਾਂ ਦੀ ਸਟੱਡੀ ਕੰਪਲੀਟ ਹੋ ਚੁੱਕੀ ਹੈ ਉਹ ਕਰ ਸਕਦੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਦੋਨਾਂ ਸੇਮ ਹੈ ਅੱਛਾ ਤੇ ਸਰ ਪ੍ਰੋਸੈਸਿੰਗ ਟਾਈਮ ਜਿਸ ਦਿਨ ਤੋਂ ਆਪਾਂ ਫਾਈਲ ਲਾਵਾਂਗੇ ਉਸ ਦਿਨ ਤੋਂ ਲੈ ਕੇ ਵੀਜ਼ਾ ਆਉਣ ਤੱਕ ਦਾ ਪ੍ਰੋਸੈਸਿੰਗ ਟਾਈਮ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੋ ਕੌਸ ਹੈ ਉਹ 2-4 ਦਿਨ ਹਫ਼ਤੇ ਦੇ ਵਿੱਚ ਅਸੀਂ ਮੰਗਾ ਲਾਂਗੇ ਹਾਂਜੀ ਹੁਣ ਡਿਪੈਂਡ ਕਰਦਾ ਕਿ ਕੌਸ ਵਾਸਤੇ ਜਿਹੜੇ ਡਾਕੂਮੈਂਟਸ ਕੰਪਲੀਟ ਕਰਨੇ ਆ ਉਹ ਐਪਲੀਕੈਂਟ ਸਾਨੂੰ ਕਿੰਨੇ ਦਿਨਾਂ 'ਚ ਤਿਆਰ ਕਰਕੇ ਦਿੰਦਾ ਅਗਰ ਤਾਂ ਉਹ ਸਾਨੂੰ ਵਿਦਇਨ ਵੀਕ ਸਾਰੇ ਡਾਕੂਮੈਂਟਸ ਦੇ ਦਿੰਦਾ ਵਿਦਇਨ 10 ਡੇਜ਼ 15 ਡੇਜ਼ ਦੇ ਵਿੱਚ ਦੇ ਦਿੰਦਾ ਤਾਂ ਅਸੀਂ ਉਹਦਾ ਕੌਸ ਅਪਲਾਈ ਕਰਕੇ ਮਤਲਬ ਮੰਨ ਲਓ ਕਿਸੇ ਨੇ ਸਾਨੂੰ 15 ਦਿਨਾਂ 'ਚ ਡਾਕੂਮੈਂਟਸ ਰੈਡੀ ਕਰਕੇ ਦਿੱਤੇ ਤਾਂ ਅਸੀਂ ਵੱਧੋ ਵੱਧ 1 ਹਫ਼ਤੇ ਦੇ ਵਿੱਚ ਡਾਕੂਮੈਂਟਸ ਉਹਦੇ ਕੌਸ ਮੰਗਵਾ ਲਿਆ ਤਾਂ ਬਣੇ 22-23 ਦਿਨ ਤਾਂ ਉਸ ਤੋਂ ਬਾਅਦ ਸਿਰਫ ਬਾਇਓਮੈਟ੍ਰਿਕਲੀ ਫਾਈਲ ਸਬਮਿਟ ਕਰਨ ਵਾਸਤੇ ਔਨਲਾਈਨ ਅਪੁਆਇੰਟਮੈਂਟ ਲੈਣੀ ਹੈ ਔਨਲਾਈਨ ਅਪੁਆਇੰਟਮੈਂਟ ਤੁਹਾਨੂੰ ਪਤਾ 2-4 ਦਿਨ ਹਫ਼ਤੇ 10 ਦਿਨ ਦੀ ਡੇਟ ਨਾਲ ਉਹ ਮਿਲ ਜਾਂਦੀ ਹੈ ਠੀਕ ਹੈ ਤਾਂ ਟੋਟਲ ਪ੍ਰੋਸੈਸ ਲਾਵਾਂ ਤਾਂ 1 ਮਹੀਨੇ ਤੋਂ 1.5 ਮਹੀਨੇ ਦੇ ਵਿੱਚ ਦਾ ਟੋਟਲ ਪ੍ਰੋਸੈਸ ਹੈ ਅਗਰ ਤੁਸੀਂ ਪ੍ਰਾਇਓਰਟੀ ਨਾਲ ਫਾਈਲ ਲਾਉਂਦੇ ਹੋ ਤਾਂ 5ਵੇਂ 6ਵੇਂ ਦਿਨ ਪਾਸਪੋਰਟ ਸਟੈਂਪ ਹੋ ਕੇ ਤੁਹਾਡੇ ਘਰੇ ਆ ਜਾਂਦਾ ਸਰ ਜਦੋਂ ਵੀ ਕੋਈ ਵੀ ਕੈਂਡੀਡੇਟ ਟੀਅਰ 2 ਵੀਜ਼ਾ ਲੈ ਕੇ ਇੱਥੋਂ ਜਾਂਦਾ ਆ ਉਹਨੂੰ ਕਿੰਨੇ ਸਮੇਂ ਦਾ ਵੀਜ਼ਾ ਮਿਲੂਗਾ ਕਿਸ ਤਰੀਕੇ ਦੇ ਕੰਮ ਮਿਲਣਗੇ ਉਹਨੂੰ ਇਸ ਚੀਜ਼ ਨੂੰ ਮਾੜਾ ਜਿਹਾ ਡਿਟੇਲ 'ਚ ਦੱਸੀ ਆਪਾਂ ਆਡੀਅੰਸ ਨੂੰ ਬਿਲਕੁਲ ਹਾਂ ਅਮਨ ਜਿਹੜਾ ਟੀਅਰ 2 ਵੀਜ਼ਾ ਹੈ 3+2 ਦਾ ਹੁੰਦਾ ਮਤਲਬ 5 ਸਾਲ ਦਾ ਵੀਜ਼ਾ ਹਾਂਜੀ ਉਹਨਾਂ ਨੂੰ 5 ਸਾਲ ਵਰਕ ਵਾਸਤੇ ਪਰਮਿਸ਼ਨ ਮਿਲਦੀ ਹੈ ਤੁਸੀਂ ਉੱਥੇ ਜਾ ਕੇ ਵਰਕ ਕਰ ਸਕਦੇ ਹੋ ਅਗਰ ਕੋਈ ਸਿੰਗਲ ਹੈ ਤਾਂ ਉਹ 5 ਸਾਲ ਲਈ ਜਾ ਸਕਦਾ ਅਗਰ ਕੋਈ ਸਪਾਊਸ ਨੂੰ ਨਾਲ ਲੈ ਕੇ ਜਾਂਦਾ ਤਾਂ ਉਹ ਵੀ ਨਾਲ 5 ਸਾਲ ਲਈ ਕੰਮ ਕਰ ਸਕਦਾ ਅਗਰ ਉਹਨਾਂ ਦਾ ਬੇਬੀ ਨਾਲ ਜਾਂਦਾ ਹੈ 1 ਹੈ ਜਾਂ 2 ਬੇਬੀ ਹੈ ਤਾਂ ਉਹਨਾਂ ਨੂੰ ਉੱਥੇ ਲੋਕਲ ਐਡਮਿਸ਼ਨ ਮਿਲ ਜਾਊਗੀ ਹੁਣ ਅਗਰ ਮੈਂ ਉਹਨੂੰ ਕੰਪੇਅਰ ਕਰਾਂ ਸਟੂਡੈਂਟ ਵੀਜ਼ੇ ਨਾਲ ਅਗਰ ਕੋਈ +2 ਤੋਂ ਬਾਅਦ ਕਾਸ ਲੈ ਕੇ ਮਤਲਬ ਸਟੂਡੈਂਟ ਵੀਜ਼ੇ 'ਤੇ ਗ੍ਰੈਜੂਏਸ਼ਨ ਕਰਨ ਲਈ ਜਾਂਦਾ ਤਾਂ ਤਕਰੀਬਨ 45 ਤੋਂ 50 ਲੱਖ ਰੁਪਏ ਉਹ ਫੀਸਾਂ ਪੇ ਕਰਦਾ 3 ਸਾਲਾਂ ਦੀਆਂ ਉਸ ਤੋਂ ਅੱਧੀ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਠੀਕ ਹੈ ਇੱਕ ਕਾਸ ਮਿਲ ਜਾਂਦਾ ਕੋਸ ਮਿਲ ਜਾਂਦਾ ਤਾਂ ਇੰਨੀ ਘੱਟ ਅਮਾਊਂਟ ਦੇ ਵਿੱਚ ਜਾਣ ਸਾਰ ਉਹ ਫੁੱਲ ਡੇ ਵਰਕ ਕਰਦਾ ਇਹ ਹੈਗਾ ਉਹਦਾ ਵਰਕਿੰਗ ਮਤਲਬ ਕਿਸ ਤਰ੍ਹਾਂ ਮਿਲਦਾ ਫਿਰ ਮੈਂ ਗੱਲ ਕਰਦਾ ਵੇਜਿਸ ਦੀ ਉੱਥੇ ਤਨਖਾਹਾਂ ਦੀ ਜੋ UK ਗਵਰਨਮੈਂਟ ਦੀ ਜੋ ਉੱਥੇ ਮਿਨੀਮਮ ਵੇਜਿਸ ਹੈ ਉਹ ਹੈਗਾ 10.45 ਪਾਊਂਡ ਪਰ ਆਰ ਮਤਲਬ 8 ਘੰਟੇ ਅਗਰ ਉਹ ਜੋਬ ਕਰਦਾ ਤਾਂ ਉਹ 80-82-84 ਪਾਊਂਡ ਪਰ ਡੇ ਕਮਾ ਸਕਦਾ ਅਗਰ ਉਹ ਵਿਦਆਊਟ ਓਵਰ ਟਾਈਮ ਕੰਮ ਕਰਦਾ ਸਰ ਟੀਅਰ 2 ਸਪਾਂਸਰਸ਼ਿਪ ਲੈ ਕੇ ਜਿਹੜਾ ਐਪਲੀਕੈਂਟ UK ਜਾਊਗਾ ਕਿ ਇਹ ਉੱਥੇ ਸਿਰਫ ਪਹੁੰਚਣ ਤੱਕ ਦੀ ਸਪਾਂਸਰਸ਼ਿਪ ਤਾਂ ਨਹੀਂ ਕੰਮ ਮਿਲੂਗਾ ਕੰਮ ਮਿਲਣ ਦੀ ਗਰੰਟੀ ਹੈਗੀ ਹੈ ਜੇਕਰ ਕੰਮ ਮਿਲੂਗਾ ਤਾਂ ਵੇਜਿਸ ਰੇਟ ਕੀ ਰਹੂਗਾ ਉਹਦਾ ਹਾਂਜੀ ਅਮਨ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜਿਹੜੀ ਸਪਾਂਸਰਸ਼ਿਪ ਹੈ 2 ਤਰ੍ਹਾਂ ਦੀ ਸਪਾਂਸਰ ਹੈ ਇੱਕ ਸਪਾਂਸਰਸ਼ਿਪ ਤਾਂ ਹੈਗੀ ਹੈ ਕਿ ਤੁਸੀਂ ਜਿਸ ਵੀ ਇੰਪਲੋਇਰ ਨੇ ਤੁਹਾਨੂੰ ਬੁਲਾਇਆ ਜੋ ਤੁਹਾਡਾ ਸਪਾਂਸਰਡ ਹੈ ਉਹ ਤੁਹਾਨੂੰ ਜੋਬ ਨਹੀਂ ਦਿੰਦਾ ਤੁਸੀਂ ਕਿਸੇ ਵੀ ਜਗ੍ਹਾ ਜਾ ਕੇ ਪੂਰੇ UK ਦੇ ਵਿੱਚ ਜੋਬ ਕਰ ਸਕਦੇ ਹੋ ਬਟ PR ਲੈਣ ਵਾਸਤੇ ਤੁਹਾਨੂੰ ਸੈਲਰੀ ਸਲਿੱਪ ਚਾਹੀਦੀਆਂ ਨੇ ਟੈਕਸ ਪੇ ਸਲਿੱਪ ਚਾਹੀਦੀਆਂ ਨੇ ਉਹਦੇ ਵਾਸਤੇ ਤੁਹਾਨੂੰ ਉਹਦੇ ਕੋਲ ਜਾਣਾ ਪਊਗਾ ਅਤੇ ਉਹ ਤੁਹਾਨੂੰ ਸਪੋਂਸਰ ਦੀ ਲਈ ਦਿੰਦਾ ਅਤੇ ਦੂਸਰੀ ਗੱਲ ਦੂਸਰਾ ਇੰਪਲੋਇਰ ਹੁੰਦਾ ਜੋ ਤੁਹਾਡਾ ਸਪੋਂਸਰਡ ਹੈ ਉਹ ਤੁਹਾਨੂੰ ਜੋਬ ਦਿੰਦਾ ਜੋਬ ਦੀ ਸੈਲਰੀ ਕਿੰਨੀ ਹੈ ਉਹ ਫਿਰ ਡਿਪੈਂਡ ਕਰਦਾ ਹੈ ਕਿਉਂਕਿ UK ਦੇ ਮਿਨੀਮਮ ਵੇਜਿਸ ਆ ਜਿਹੜੇ ਉਹ 10.42 ਹੈ ਮਤਲਬ 10.42 ਪਾਊਂਡ ਪਰ ਆਰ ਅਤੇ ਫਿਰ ਡਿਪੈਂਡ ਕਰਦਾ ਕਿ ਤੁਹਾਨੂੰ ਤੁਹਾਡੀ ਕੈਪੇਬਿਲਿਟੀ ਕੀ ਹੈ ਤੁਸੀਂ ਟੈਕਨੀਕਲ ਪਰਸਨ ਹੋ ਤੁਸੀਂ ਇਲੈਕਟ੍ਰੀਸ਼ਨ ਹੋ ਤੁਸੀਂ ਪਲੰਬਰ ਹੋ ਤੁਸੀਂ ਵੈਲਡਰ ਹੋ ਜਾਂ ਤੁਸੀਂ ਜਿਸ ਤਰ੍ਹਾਂ ਦੀ ਉਹਦੀ ਕੰਪਨੀ ਹੈ ਤੁਸੀਂ ਉਹਦੀ ਕੰਪਨੀ ਦੇ ਵਿੱਚ ਕੋਈ ਟੈਕਨੀਕਲ ਫੀਲਡ ਦੇ ਵਿੱਚ ਫਿੱਟ ਹੋ ਸਕਦੇ ਹੋ ਉਹਦੀ ਜਿਹੜੀ ਸੈਲਰੀ ਹੈ ਉਹ ਸੈਲਰੀ ਤਕਰੀਬਨ 18-20 ਪਾਊਂਡ ਤੱਕ ਪਰ ਆਰ ਤੱਕ ਵੀ ਜਾਂਦੀ ਹੈ 10-8 ਘੰਟੇ ਤਾਂ ਦੇਖੋ ਲੀਗਲੀ ਜੋਬ ਹੈਗੀ ਹੈ ਫਿਰ ਉਸ ਤੋਂ ਬਾਅਦ ਲੀਗਲੀ ਤੁਸੀਂ ਆਪਣਾ ਓਵਰ ਟਾਈਮ ਵੀ ਕਰਨਾ ਜੋ ਓਵਰ ਟਾਈਮ ਜਿਹੜਾ 2-4 ਘੰਟੇ ਤੱਕ ਤਾਂ ਡੇਢ ਹੈ ਬਟ ਜੇ ਉਸ ਤੋਂ ਜ਼ਿਆਦਾ ਕਰਦੇ ਹੋ ਹੋਲੀਡੇ ਵਾਲੇ ਦਿਨ ਕਿਸੇ ਦਿਨ ਕਰਦੇ ਹੋ ਤੁਸੀਂ ਕੰਮ ਤਾਂ ਉਹ ਡਬਲ ਹੈ ਤਾਂ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਬਹੁਤ ਵਧੀਆ ਅਰਨਿੰਗ ਕਰ ਸਕਦੇ ਹੋ ਬਹੁਤ ਵਧੀਆ ਤੁਹਾਨੂੰ ਸਾਊਂਡ ਗੁੱਡ ਮਤਲਬ ਤੁਹਾਨੂੰ ਇੱਕ ਤੁਹਾਡੇ ਹੱਥ ਦੇ ਵਿੱਚ ਪੈਸਾ ਆ ਸਕਦਾ ਤੁਹਾਡੀ ਮਿਹਨਤ ਦਾ ਪੈਸਾ ਆ ਸਕਦਾ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ UK ਤੁਹਾਡੇ ਜੋ ਇਹਨੂੰ ਵਿਲਾਇਤ ਕਹਿੰਦੇ ਆ ਤੁਹਾਡੇ ਸੁਪਨਿਆਂ ਦਾ ਦੇਸ਼ ਹੈ ਇਹ
ਠੀਕ ਹੈ ਜੋ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਵਲੈਤ ਜਾਣਾ ਸ਼ੁਰੂ ਕੀਤਾ ਸੀ, ਅੱਜ ਸਾਡੀ ਪਤਾ ਨਹੀਂ ਕਿੰਨਵੀਂ ਪੀੜ੍ਹੀ ਯੂਕੇ 'ਚ ਵੱਸ ਰਹੀ ਹੈ, ਤਾਂ ਸਭ ਤੋਂ ਇਹ ਟੀਅਰ ਟੂ ਵੀਜ਼ਾ ਅੱਜ ਮੇਰੇ ਹਿਸਾਬ ਨਾਲ ਗੌਰਮੈਂਟ ਇਹ ਨਹੀਂ ਪਤਾ ਕਿਸ ਟਾਈਮ ਬੰਦ ਕਰ ਦੇ, ਠੀਕ ਹੈ। ਇਸ ਤਰ੍ਹਾਂ ਦੀਆਂ ਆਪਸ਼ਨਸ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਚੱਲਦੀਆਂ ਹੁੰਦੀਆਂ, ਕਿਉਂਕਿ ਇਹ ਓਨੀ ਦੇਰ ਤੱਕ ਹੀ ਓਪਨ ਰਹਿਣਾ ਜਿੰਨੀ ਦੇਰ ਤੱਕ ਉਹਨਾਂ ਦੀ ਮੈਨ ਪਾਵਰ ਜਿਹੜੀ ਹੈਗੀ ਆ ਉਹ ਪੂਰੀ ਨਹੀਂ ਹੋ ਜਾਂਦੀ। ਜਿਸ ਦਿਨ ਉਹਨਾਂ ਦੀ ਮੈਨ ਪਾਵਰ ਪੂਰੀ ਹੋ ਗਈ ਉਹਨਾਂ ਨੇ ਇਸ ਚੀਜ਼ ਨੂੰ ਸਟ੍ਰਿਕਟ ਕਰ ਦੇਣਾ, ਜਾਂ ਤਾਂ ਸਟ੍ਰਿਕਟ ਕਰ ਦੇਣਗੇ ਜਾਂ ਫਿਰ ਇਹ ਬਿਲਕੁਲ ਕਲੋਜ਼ ਕਰ ਦੇਣਗੇ। ਤਾਂ ਕੋਈ ਵੀ ਕੈਂਡੀਡੇਟ ਅਗਰ ਸਾਡੇ ਕੋਲ ਆ ਕੇ ਟੀਅਰ ਟੂ ਦੀ ਐਪਲੀਕੇਸ਼ਨ ਲਾਉਣਾ ਚਾਹੁੰਦਾ, ਈਵਨ ਉਹ ਕਿਸੇ ਵੀ ਪ੍ਰੋਫਾਈਲ ਦਾ ਹੋਵੇ, ਚਾਹੇ ਹੈ ਨਾ ਪਲੱਸ ਟੂ ਹੋਲਡਰ ਹੈ, ਗ੍ਰੈਜੂਏਟ ਹੈ, ਇੰਜੀਨੀਅਰ ਹੈ, ਕਿਸੇ ਵੀ ਪ੍ਰੋਫਾਈਲ ਦਾ, ਅਤੇ ਉਹ ਸਾਡੇ ਕੋਲ ਆ ਕੇ ਇਹਦੀ ਨੌਲੇਜ ਲੈ ਸਕਦਾ। ਅਤੇ ਅਗਰ ਤੁਸੀਂ ਮੇਰੇ ਨਾਲ ਕੋਈ ਰਾਬਤਾ ਕਰਨਾ ਚਾਹੁੰਦੇ ਹੋ, ਮੇਰੇ ਨਾਲ ਡਿਸਕਸ਼ਨ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਟਾਈਮ ਲੈ ਕੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਆ ਸਕਦੇ ਹੋ, ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਪਹਿਲਾਂ ਵੀ ਕਈ ਵਾਰ ਇਸੀ ਵੀਡੀਓ 'ਚ ਬੋਲ ਚੁੱਕਾ ਕਿ ਪਲੱਸ ਟੂ ਕੈਂਡੀਡੇਟ ਜਿਹਦਾ ਗੈਪ ਵੀ ਹੈ, ਮੈਰਿਡ ਵੀ ਹੈ, ਬੱਚਾ ਵੀ ਹੈ, ਉਹ ਕਿਸੇ ਹੋਰ ਕੰਟਰੀ ਦੇ ਵਿੱਚ ਅੱਜ ਦੇ ਟਾਈਮ ਨਾ ਵਰਕ ਵੀਜ਼ਾ, ਨਾ ਸਟੱਡੀ ਵੀਜ਼ਾ, ਨਾ ਕਿਸੇ PR, ਨਾ ਕਿਸੇ ਹੋਰ ਚੀਜ਼ 'ਚ ਸੈਟਲ ਨਹੀਂ ਹੋ ਸਕਦਾ, ਇਸ ਦੇ ਵਿੱਚ ਐਡਜਸਟ ਹੋ ਸਕਦਾ। ਟੀਅਰ ਟੂ ਵੀਜ਼ਾ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਇੱਕ ਬਹੁਤ ਵਧੀਆ ਫਰੂਟਫੁਲ ਪ੍ਰੋਡਕਟ ਹੈ। ਹਾਂਜੀ ਬਿਲਕੁਲ, ਕੋਈ ਵੀ ਕੈਂਡੀਡੇਟ ਜੇਕਰ UK ਲਈ ਟੀਅਰ ਟੂ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹੈ ਤੇ ਇਹ ਬਿਲਕੁਲ ਸਹੀ ਸਮਾਂ, ਕਿਉਂਕਿ ਸੀਟਸ ਬਹੁਤ ਲਿਮਿਟਿਡ ਨੇ, ਸਮਾਂ ਵੀ ਬਹੁਤ ਘੱਟ ਆ। ਬਿਲਕੁਲ ਅਮਨ, ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਇੰਪਲੋਇਰ ਕੋਲੇ ਹੈ ਨਾ ਵੈਕੈਂਸੀਜ਼ ਬਹੁਤ ਘੱਟ ਹੁੰਦੀਆਂ ਨੇ, ਇਹ ਸੇਮ ਡਿਟੋ ਕੈਨੇਡਾ ਵਾਲਾ ਸਿਸਟਮ ਹੈ। ਵੈਕੈਂਸੀਜ਼ ਕਿਸੇ ਕੋਲ 4 ਹੈ, ਕਿਸੇ ਕੋਲ 6 ਹੈ, ਕਿਉਂਕਿ ਬਹੁਤ ਵੱਡੇ ਵੱਡੇ ਇੰਪਲੋਇਰ ਇਹ 'ਚ ਘੱਟ ਹੁੰਦੇ ਆ, ਕਿਸੇ ਕੋਲ 10 ਹੈ, ਕਿਸੇ ਕੋਲ 20 ਹੈ। ਐਪਲੀਕੇਸ਼ਨਸ ਬਹੁਤ ਸਪੀਡ ਨਾਲ ਆ ਰਹੀਆਂ ਨੇ, ਹੁਣ ਵੀ ਜੋ ਸਾਡਾ ਲਾਇਰ ਹੈ ਸਾਨੂੰ ਅਰੇਂਜ ਕਰਵਾ ਕੇ ਦੇ ਰਿਹਾ, ਮੇਰੀ ਕੱਲ੍ਹ ਹੀ ਹਜੇ ਉਹਨਾਂ ਨਾਲ ਗੱਲ ਹੋਈ ਸੀ, ਤਾਂ ਉਹ ਕਹਿੰਦੇ ਵੀ ਅਗਰ ਜੋ ਔਨਸ਼ੋਰ ਉੱਥੇ ਹੈਗੇ ਨੇ ਉਹ ਕੋਈ ਬਰਮਿੰਗਮ ਬੈਠਾ, ਕੋਈ ਵੇਲਸ ਬੈਠਾ, ਕੋਈ ਲੰਡਨ ਬੈਠਾ, ਤਾਂ ਉਹ ਕਹਿੰਦੇ ਸਾਨੂੰ ਸਾਡੇ ਏਰੀਆ 'ਚ, ਤਾਂ ਉਸਦੇ ਵਿੱਚ ਸਰਚ ਕਰਨ 'ਚ ਜੋ ਟਾਈਮ ਲੱਗਦਾ ਉਹ ਟਾਈਮ ਆਲਰੇਡੀ ਜ਼ਿਆਦਾ ਲੱਗ ਰਿਹਾ। ਅਗਰ ਹੁਣ ਆਪਾਂ ਇੱਥੋਂ ਆਫਸ਼ੋਰ ਦੀ ਗੱਲ ਕਰੀਏ ਜਿਨ੍ਹਾਂ ਨੇ ਇੰਡੀਆ ਤੋਂ ਅਪਲਾਈ ਕਰਨਾ, ਉਹਦੇ ਵਿੱਚ ਵੀ ਸੇਮ ਇੱਦਾਂ ਹੀ ਪ੍ਰੋਬਲਮ ਆਉਂਦੀ ਹੈ। ਤਾਂ ਇਹਦੇ ਵਿੱਚ ਮੈਂ ਆਡੀਅੰਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜ਼ਿਆਦਾ ਸਮਾਂ ਨਾ ਇਸ ਚੀਜ਼ ਨੂੰ ਲੰਬਾ ਨਾ ਸੋਚੋ ਕਿ ਸਾਡੇ ਕੋਲ ਬਹੁਤ ਸਮਾਂ, ਅਸੀਂ ਆਰਾਮ ਨਾਲ ਕਰ ਲਾਂਗੇ, ਪਹਿਲਾਂ ਅਸੀਂ ਆਹ ਟਰਾਈ ਕਰ ਲਈਏ ਫਿਰ ਅਸੀਂ ਆਹ ਟਰਾਈ ਕਰਾਂਗੇ, ਤਾਂ ਉਹਦੇ ਵਿੱਚ ਤੁਹਾਡਾ ਸਮਾਂ ਖੁੰਝਿਆ ਜਾ ਰਿਹਾ, ਤੁਹਾਡਾ ਸਮਾਂ ਹੱਥੋਂ ਰੇਤ ਵਾਂਗੂ ਨਿਕਲ ਰਿਹਾ। ਤਾਂ ਤੁਸੀਂ ਜਿੰਨੀ ਜਲਦੀ ਹੋ ਸਕਦਾ ਇਹ ਟੀਅਰ ਟੂ ਵੀਜ਼ਾ ਅਪਲਾਈ ਕਰੋ। ਸੋ ਹੋਪਫੁਲੀ ਸਾਡੀ ਆਡੀਅੰਸ ਨੂੰ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਸਾਡੇ ਨਾਲ ਜੁੜੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਮੈਂਟ ਕਰੋ। ਮਿਲਦੇ ਹਾਂ ਅਗਲੇ ਵੀਡੀਓ 'ਚ ਕਿਸੇ ਨਵੇਂ ਟੌਪਿਕ ਨਾਲ। ਧੰਨਵਾਦ। ਥੈਂਕ ਯੂ।